ਮੈਨੂੰ ਦੱਸੋ ਲਾਈਕ ਦੈਟ ਕਿਵੇਂ ਹੱਲ ਹੋ ਸਕਦੀ ਹੈ ਜੇ ਸਾਡੇ ਪੰਜਾਬ ਦੇ ਉੱਤੇ ਦਿੱਲੀ ਤੇ ਨਾਗਪੁਰ ਤੋਂ ਸਾਡੇ ਚੀਫ ਮਿਨਿਸਟਰ ਠੋਸੇ ਜਾਂਦੇ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਦਿੱਲੀ ਤੋਂ ਪੰਜਾਬ ਦਾ ਗਵਰਨਰ ਬਣਾਇਆ ਜਾਂਦਾ, ਪਰ ਚੀਫ ਮਿਨਿਸਟਰ ਜਿਹੜਾ ਦਿੱਲੀ ਨਾਗਪੁਰ ਤੋਂ ਆਉਂਦਾ ਉਹ ਸਾਡੇ ਮਸਲੇ ਹੱਲ ਨਹੀਂ ਕਰ ਸਕਦਾ ਹੈ। ਇਸ ਕਰਕੇ ਪਾਣੀਆਂ ਦੇ ਮਸਲੇ, ਹੈੱਡਵਰਕਸ ਦੇ ਮਸਲੇ, ਪੰਜਾਬੀ ਬੋਲਦੇ ਇਲਾਕੇ, ਹਰਿਆਣੇ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਇਹ ਜਿਉਂ ਦੀ ਤਿਉਂ ਪਏ ਹੈ। ਸੰਤ ਲੌਂਗੋਵਾਲ ਨੂੰ ਵੀ ਦਿੱਲੀ ਜਾ ਕੇ ਉਹਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਰਾਜੀਵ ਲੌਂਗੋਵਾਲ ਸਮਝੌਤਾ ਕਰਾਇਆ ਗਿਆ, ਜਿਹਦੇ ਵਿੱਚ SYN ਕਨੈਲ ਕੱਢਣ ਦਾ ਪੰਜਾਬ ਵੱਲੋਂ ਵਿਹਲਾ ਦਿੱਤਾ ਗਿਆ। ਸਾਧ ਸੰਗਤ ਜੀ, ਜਿਸ ਟਾਈਮ ਦੇ ਉੱਤੇ ਲੌਂਗੋਵਾਲ ਨੂੰ ਬੁਲਾਇਆ ਗਿਆ ਦਿੱਲੀ ਦੇ ਵਿੱਚ, ਉਹ ਪੰਜਾਬ ਦਾ ਲੀਡਰ ਹੈ ਨਹੀਂ ਸੀਗਾ, ਪਹਿਲਾਂ ਸੀਗਾ, ਪਰ ਜਦੋਂ ਰਾਜੀਵ ਗਾਂਧੀ ਨੇ ਸਮਝੌਤੇ ਲਈ ਸੱਦਿਆ ਉਸ ਵਕਤ ਲੌਂਗੋਵਾਲ ਪੰਜਾਬ ਦਾ ਲੀਡਰ ਨਹੀਂ ਸੀ। ਪੰਜਾਬ ਦੇ ਲੋਕ ਦੂਜੇ ਪਾਸੇ ਸਾਡੇ ਕੰਨੀ ਪਲਟੇ ਹੋਏ ਸੀਗੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਾਉਣ ਵਾਲੇ ਇਹੀ ਲੋਕ ਹੈ ਜਿਨ੍ਹਾਂ ਨੇ ਇੰਦਰਾ ਗਾਂਧੀ ਅਤੇ ਸੈਂਟਰ ਦੇ ਨਾਲ ਸਾਜਿਸ਼ ਕਰਕੇ ਸਾਡੇ ਉੱਤੇ ਮਿਲਟਰੀ ਦਾ ਹਮਲਾ ਕਰਾਇਆ। ਜਮਹੂਰੀਅਤ ਦਾ ਇੱਕ ਨਿਯਮ ਹੈ ਕਿ ਜਿਹੜੇ ਵੀ ਸਮਝੌਤੇ, ਜਿਹੜੀਆਂ ਵੀ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਉਹ ਜਮਹੂਰੀਅਤ ਕਿਸਾਨ ਤਰੀਕੇ ਦੇ ਨਾਲ ਜਿਹੜਾ ਉਸ ਮੌਕੇ ਦਾ ਆਗੂ ਹੁੰਦਾ ਹੈ ਉਹਦੇ ਨਾਲ ਕੀਤੀਆਂ ਜਾਂਦੀਆਂ। ਸੰਤ ਲੌਂਗੋਵਾਲ ਉਸ ਵਕਤ ਪੰਜਾਬ ਦੇ ਲੀਡਰ ਨਹੀਂ ਸੀ। ਜਦੋਂ ਸੈਂਟਰ ਨਾਲ ਗੱਲਬਾਤ ਹੋ ਰਹੀ ਸੀ ਉਸ ਵਕਤ ਬਾਦਲ ਨੂੰ, ਬਰਨਾਲੇ ਨੂੰ, ਬਲਵੰਤ ਸਿੰਘ ਨੂੰ, ਤਲਵੰਡੀ ਨੂੰ, ਇਹੋ ਜਿਹੇ ਲੋਕਾਂ ਦੇ ਨਾਲ ਜਿਨ੍ਹਾਂ ਤੋਂ ਸਿਆਸਤ ਦੀ ਸ਼ਕਤੀ ਖਤਮ ਹੋ ਗਈ ਸੀ ਉਹਨਾਂ ਨਾਲ ਸੈਂਟਰ ਨੇ ਗੱਲਾਂ ਬਾਤਾਂ ਕੀਤੀਆਂ, ਪਰ ਅਸਲੀ ਉਸ ਵਕਤ ਦੀ ਸਿਆਸੀ ਤਾਕਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕੋਲ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕੋਲ ਫੈਡਰੇਸ਼ਨ ਸੀ ਸਟੂਡੈਂਟਸ ਦੀ, ਫਿਰ ਇੰਦਰਾ ਗਾਂਧੀ ਅਤੇ ਹਿੰਦੁੱਤਵਾਦੀ ਹਕੂਮਤ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਬੈਠ ਕੇ ਗੱਲਬਾਤ ਅਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੇ ਲਈ ਕਿਉਂ ਨਹੀਂ ਬੈਠਕ ਕੀਤੀ। ਸਾਡੇ ਜਿਹੜੇ ਆਗੂ ਸੀ ਮਿਲਟਰੀ ਹਮਲਾ ਕਰਕੇ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਇਹ ਜਿਹੜੀ ਮੈਂ ਗੱਲ ਦੱਸ ਰਿਹਾ
ये अज भारत की सियासत कबूल नहीं करना चाहती है तो फिर सिक्का की निकलिया जे संत जरनैल सिंह भिंडरांवाला नूं मिलिट्री तो शहीद करा दिता तो फिर इंदिरा गांधी का ते जनरल वैद्या दे नाल की होया ये चीज आपां सारे रोक सकते सी जे उस वक्त की सरकार ईमानदारी दे नाल मौके दे आगू दे नाल गलबात करके पंजाब का मसला हल हो जाता। पंजाब का मसला जिहड़ा ये बहुत गंभीर है। ये हुण सिर्फ जिहड़े पंजाबी बोलते इलाके हरियाणा हिमाचल चंडीगढ़ राजस्थान के विच रह गए आ, ये नहीं हैं। हुण ये है कि अजे तक रवायती अकालियां दीआं सरकारां आई हैं, कांग्रेस दीआं भी आई हैं, पर जिहड़ा इत्थे जुल्म होया दरबार साहब दे उत्ते मिलिट्री हमला होया उस तों बाद दिल्ली ते होर शहरां दे विच कतलेआम होया उहदा अजे तक कोई कमिशन नहीं बैठिया, किसी तो एफीडेविट दरखास्त नहीं ली गई कि बेगुनाह साढ़े बच्चे मारे गए हैं, शहीद होए हैं। ये बड़िया गंभीर गल्लां मैं कर रहे हैं। बेशक असी हिंदू सिख ते मुसलमान इत्थे बैठे हैं, ये करनियां बहुत जरूरी ने। क्यों करके जे किसी को इंसाफ ना मिले तो तुम समझ सकते हो कि मसला हल नहीं होता। जलियांवाला बाग 1919 के बीच का साका है, अज जे बरतानिया का प्रधानमंत्री अमृतसर जाता है तो साडे प्रेस के भी पूछते हैं कि बरतानिया की पार्लियामेंट के बरतानिया भारत तो माफ़ी मंगेगा कि जलियांवाला बाग का मसला हल हो गया। पर जिहड़ा दरबार साहब का मसला है ये जलियांवाला बाग तो भी बहुत गंभीर है। क्यों करके उठे बेगुनाह बंदे मारे गए थे, अब वही हाल कश्मीर के हो रहा है। संविधान के उत्तों की होके फौज को यह शक्तियां दती हैं कि वो किसी को भी मार सकते हैं, जबर जनाह कर सकते हैं, गुम कर सकते हैं, तो किसी के उत्ते कानून लागू नहीं है। जिथे पानिया के मसले हैं प्रधानमंत्री मोदी जंग की गल करते हैं, दसवें महीने अक्टूबर के पिछले साल मोदी ने पाकिस्तान को धमकी दी सी कि जंग हो सकता। तुहानू पता है कि सिर्फ अमृतसर के बॉर्डर एरिया के 46 लाख पेंडू लोग जबरन अपने पिंडां ते घरां दे विच्चों बादल हुकूमत ने बीजेपी ने कट मारे सी, ना उत्थे कोई स्कूल का इंतजाम, हॉस्पिटल का किसी किस्म का इंतजाम नहीं किया है।
ਤੇ ਜੇ ਜੰਗ ਹੁੰਦਾ ਮੋਦੀ ਸਾਹਿਬ ਤੇ ਬੀਜੇਪੀ ਆਰ ਐਸ ਐਸ ਵਾਲਿਆਂ ਦੇ ਕੋਲੇ ਇਹੋ ਜਿਹੇ ਬੰਕਰ ਨੇ ਕਿ ਜੇ ਪਰਮਾਣੂ ਜੰਗ ਹੋ ਜਾਵੇ ਤਾਂ ਉਹਨਾਂ ਨੂੰ ਕੁਛ ਨਹੀਂ ਹੋ ਸਕਦਾ। ਪਰ ਸਾਡੇ ਪੰਜਾਬ ਦੇ ਵਿੱਚ ਜਦੋਂ ਜੰਗ ਦੀ ਗੱਲ ਹੁੰਦੀ ਹੈ ਸਾਡੇ ਬਾਰਡਰ ਦੇ ਇਲਾਕੇ ਖਾਲੀ ਕੀਤੇ ਜਾਂਦੇ ਹੈ। ਜਿਹੜੀ ਅੱਜ ਨੌਜਵਾਨ ਬਾਹਰ ਦੇ ਮੁਲਕਾਂ ਨੂੰ ਜਾ ਰਹੇ ਹੈ, ਇਹ ਜਿਹੜਾ ਦਰਬਾਰ ਸਾਹਿਬ ਦੇ ਉੱਤੇ 84 ਦੇ ਵਿੱਚ ਹਮਲਾ ਹੋਇਆ, ਸਾਡੇ ਪੰਜਾਬੀਆਂ ਦੇ ਵਿੱਚ ਡਰ ਇਹੋ ਜਿਹਾ ਪੈਦਾ ਕੀਤਾ ਗਿਆ ਕਿ ਕਿਸੇ ਵੇਲੇ ਫਿਰ ਦਿੱਲੀ ਇਹੋ ਜਿਹਾ ਹਾਦਸਾ ਲਿਆ ਕੇ ਦੇ ਸਕਦੀ ਹੈ। ਇਸ ਕਰਕੇ ਹਿਜਰਤ ਹੋ ਰਹੀ ਹੈ ਔਰ ਸਾਡੀਆਂ ਅਖਬਾਰਾਂ ਅੰਗਰੇਜ਼ੀ ਦੀਆਂ, ਸਾਨੂੰ ਰੋਜ਼ਾਨਾ ਦੇਖ ਲਓ ਜਾਂ ਸਾਨੂੰ ਦਹਿਸ਼ਤਗਰਦ ਸੱਦਦੀ ਹੈ ਜਾਂ ਆਤੰਕਵਾਦੀ ਸੱਦਦੀ ਹੈ, ਰੈਡੀਕਲ ਸੱਦਦੀ ਹੈ, ਸਖ਼ਤ ਸੁਭਾਅ ਦੇ ਸਮਝਦੀ ਹੈ। ਇਹ ਅੰਗਰੇਜ਼ੀ ਅਖਬਾਰਾਂ ਜਿਹੜੇ ਗੋਰਿਆਂ ਦੇ ਦੇਸ਼ ਹੈ ਉਹਨਾਂ ਦੇ ਵਿੱਚ ਪੜ੍ਹੀਆਂ ਜਾਂਦੀਆਂ ਅਤੇ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਉੱਤੇ ਹਮਲੇ ਹੋ ਰਹੇ ਹੈ, ਦੰਗੇ ਹੋ ਰਹੇ ਹੈ, ਗੁਰਦੁਆਰਾ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਹੈ, ਇਹ ਵਜ੍ਹਾ ਇਹੀ ਹੈ ਕਿ ਭਾਰਤ ਦੀਆਂ ਅਖਬਾਰਾਂ ਲਗਾਤਾਰ 1984 ਤੋਂ ਲੈ ਕੇ ਅੱਜ ਤੱਕ ਇਹ ਜ਼ਹਿਰ ਫੈਲਾ ਰਹੀਆਂ। ਜਿਹੜੀਆਂ ਅਖਬਾਰਾਂ ਸਾਨੂੰ ਇਹ ਬਹੁਤ ਕੁਛ ਦੱਸਦੀਆਂ ਕਿ ਇੰਝ ਨਹੀਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਪਰ ਇਹਨਾਂ ਨੂੰ ਆਪਾਂ ਨੂੰ ਪੁੱਛਣਾ ਚਾਹੀਦਾ ਕਿ ਅਸੀਂ ਕਿਹੜੀ ਦਹਿਸ਼ਤਗਰਦੀ ਦੀ ਗੱਲ ਕੀਤੀ ਹੈ ਜਿਹੜੀ ਨਰਿੰਦਰ ਮੋਦੀ ਅਡਵਾਨੀ ਨੇ, ਇੰਦਰਾ ਗਾਂਧੀ, ਰਾਜੀਵ ਗਾਂਧੀ ਨੇ ਨਹੀਂ ਕੀਤੀ। ਇਹ ਸਵਾਲ ਕਿਸੇ ਵੇਲੇ ਅਸੀਂ ਪੁੱਛਾਂਗੇ। ਇਹ ਬਹੁਤ ਜ਼ਰੂਰੀ ਹੈ ਕਿ ਇੱਕ ਕੌਮ ਨੂੰ ਬਦਨਾਮ ਕਰ ਦੇਣਾ ਸੰਸਾਰ ਭਰ ਦੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਉੱਤੇ। ਬਰਨਾਲੇ ਦੇ ਇਲੈਕਸ਼ਨ ਹੋ ਰਹੇ ਹੈ, ਜਦ ਦੀ ਇਲੈਕਸ਼ਨ ਮੁਹਿੰਮ ਸ਼ੁਰੂ ਹੋਈ ਹੈ ਤੁਸੀਂ ਅਖਬਾਰਾਂ ਕਢਾ ਕੇ ਦੇਖ ਲਓ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ ਨੇ ਬਿਲਕੁਲ ਇੱਥੋਂ ਦੇ ਇਲੈਕਸ਼ਨ ਦਾ, ਸਾਡੀ ਪਾਰਟੀ ਦਾ ਜ਼ਿਕਰ ਨਹੀਂ ਕੀਤਾ ਹੈ। ਮੈਨੂੰ ਰੋਸ ਨਹੀਂ ਹੈ, ਨਾ ਮੈਂ ਲੰਬਾ ਦਿੰਦਾ, ਮੈਂ ਸਮਝਦਾ ਕਿ ਇਹਨਾਂ ਦੀ ਤਬੀਅਤ ਐਸੀ ਹੈ ਕਿ ਇਹ ਸਾਡੀ ਗੱਲ ਕਰ ਨਹੀਂ ਸਕਦੇ ਹੈ, ਜਿਹੜੀ ਕਿ ਧਰਮ ਪੱਖੀ ਹੋਵੇ, ਜਾਇਜ਼ ਹੋਵੇ ਔਰ ਕਾਨੂੰਨ ਦੇ ਨਾਲ ਹੋਵੇ। ਸਾਨੂੰ ਇਹਨਾਂ ਨੇ ਦੁਨੀਆ ਦੇ ਅੱਗੇ ਇੱਕ ਬੁੱਚੜ ਬਣਾ ਕੇ ਪੇਸ਼ ਕੀਤਾ ਹੋਇਆ। ਇਹ ਜਿਹੜੀਆਂ ਜਾਸਤੀਆਂ ਸਾਡੇ ਉੱਤੇ ਹੋ ਰਹੀਆਂ ਇਹ ਬਹੁਤ ਗੰਭੀਰ ਨੇ ਔਰ ਇਹਨਾਂ ਨੂੰ ਸੋਚਣਾ ਪਊਗਾ।